मिलनी मैं वार्ड नंबर 3 तो रणजीत सिंह भगत है मैं बतवा थोड़ी बहुत है सर किवें 50 प्लस मिले है सर 50 प्लस मिले है हां जी हां जी नीले कार्ड कितने बने थोड़े ब्लॉक नीले कार्ड 1000 प्लस आ गया चार की नीले कार्ड ना होया कि यार कि धक्का होया लोगों ना जिन्ना ने कणक बहुत कार्ड कटे गए जो काली सरकार ने कार्ड नहीं कटे गए जबकि हम जो सरकार कांग्रेस दी आई है तो बहुत ज्यादा कार्ड कटे गए सर कार्ड कटन दे रीजन की है क्यों कार्ड देखो जी सरकार पक्षपात कर दी जैसे अकाली दल के काउंसलर है या अकाली वर्कर या अकाली गढ़ा गा उथे ही कार्ड कटे गए है सर अकालिया दल दे मतलब मेंबर्स दे कार्ड कटे गए मैं समझी नहीं भेदभाव होंदे भेदभाव होंदे पक्षपात होंदे वा वितकरा कीता जा रहा है तुम्हारे नाल अकालिया नाल जी जी ठीक है सर ਸਰ ਤੁਸੀਂ ਆਪਣੇ ਵੱਲੋਂ ਜਿਵੇਂ ਲੰਗਰ ਲੂੰਗਰ ਲਾਇਆ ਲੋਕਡਾਊਨ ਦੇ ਵਿੱਚ ਅਸੀਂ ਇੱਥੇ ਬਿਨਾਂ ਸਰਕਾਰ ਤੋਂ ਅਸੀਂ ਸਮੋਸ ਮਾਸਿਕ ਸੜ ਨਾਲ ਹੀ 12 ਦਿਨ ਲੰਗਰ ਚਲਾ ਬਾਬਾ ਜੀਵਨ ਸਿੰਘ ਗੁਰਦੁਆਰੇ ਵਾਰਡ ਨੰਬਰ 3 ਬੱਲੇ ਵਿੱਚ ਜੀ ਸਰ ਉੱਚੇ ਤਾਂ ਇਦਾਂ ਨਹੀਂ ਨਾ ਇਹ ਕਾਂਗਰਸ ਦੇ ਬੰਦੇ ਨਹੀਂ ਆਣਗੇ ਜਿਨ੍ਹਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਉਹ ਨਹੀਂ ਉੱਚੇ ਵੀ ਤਾਂ ਭੇਦਭਾਵ ਨਹੀਂ ਨਾ ਕੀਤਾ ਅਸੀਂ ਕੋਈ ਭੇਦਭਾਵ ਨਹੀਂ ਕੀਤਾ ਜੀ ਕਿਵੇਂ ਮਤਲਬ ਕੀ ਕੀਤਾ ਕਿ ਪਰਸੀਵ ਕੀ ਹੀ ਮਤਲਬ ਲੰਗਰ ਚਲਾਉਣ ਦਾ ਅਸੀਂ ਉੱਥੇ ਚਾਵਲ ਦਾਲ ਚੋਲ ਚਲਾਏ ਉੱਥੇ ਬਸ ਬਾਅਦ ਵਿੱਚ ਦਾਲ ਚੋਲ ਚਲਾਏ ਉੱਥੇ ਜੀ ਜਾਂ ਸਬਜ਼ੀ ਬਣਾਣੀ ਕੋਈ ਨਾ ਮਿਕਸ ਸਬਜ਼ੀ ਕੋਈ ਦਹੀਂ ਚੌਲ ਕੜੀ ਚੌਲ ਹੋਰ ਕਿਸੇ ਪ੍ਰਾਣੇ ਤੁਹਾਡੀ ਹੈਲਪ ਕੀਤੀ ਹੋਵੇ ਕਿਉਂਕਿ ਗਵਰਨਮੈਂਟ ਵੱਲੋਂ ਤੁਹਾਨੂੰ ਕੋਈ ਹੈਲਪ ਤਾਂ ਮਿਲੀ ਨਹੀਂ ਸਾਡੇ ਸਮਾਜ ਸੇਵਕ ਗੁਰਭੇਜ ਸਿੰਘ ਗਿੱਲ ਜੀ ਉਹਨਾਂ ਨੇ ਸਾਰੀ ਮਦਦ ਕੀਤੀ ਆ ਰਣਜੀਤ ਸਿੰਘ ਡੇਰੀ ਵਾਲੇ ਜੀ ਆ ਗਿੱਲ ਸਾਹਿਬ ਡੇਰੀ ਵਾਲੇ ਆ ਸਾਡੇ ਕਸ਼ਮੀਰ ਸਿੰਘ ਕਾਕੂ ਜੀ ਆ ਹੋਰ ਬਾਬਾ ਗੋਰਾ ਜੀ ਆ ਇਹਨਾਂ ਸਾਡੀ ਮਦਦ ਕੀਤੀ ਆ ਜੀ ਸਰ ਹੋਰ ਰਾਸ਼ਨ ਪ੍ਰੋਵਾਈਡ ਕੀਤਾ ਉਹ ਪਬਲਿਕ ਦੇ ਵਿੱਚ ਸੁੱਕਾ ਰਾਸ਼ਨ ਇਹਦੇ ਵਿੱਚ ਸਾਰੇ ਰਿਟਾਇਰ ਡੀਐਸਪੀ ਮੇਜਰ ਸਿੰਘ ਜੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਆ ਜੀ ਸਰ ਸੁੱਕਾ ਰਾਸ਼ਨ ਪ੍ਰੋਵਾਈਡ ਕੀਤਾ ਤੁਸੀਂ ਪਬਲਿਕ ਨੂੰ ਲੰਗਰ ਤੋਂ ਇਲਾਵਾ ਨਹੀਂ ਸੁੱਕਾ ਰਾਸ਼ਨ ਜੋ ਇੱਕ ਰਾਜ ਸਵਾਮੀ ਸੰਸਥਾ ਹੈਗੀ ਸਾਡੇ ਨਾਲ ਸਾਨੂੰ ਤਾਂ ਉਹਨੇ ਬਹੁਤ ਮਦਦ ਕੀਤੀ ਹੈ ਜੀ ਸਰ ਹੋਰ ਕੋਈ ਹੈਲਪ ਕੀਤੀ ਲੋਕਡਾਊਨ ਦੇ ਵਿੱਚ ਜਿਵੇਂ ਕਿ ਤੁਹਾਡੇ ਗੇਟ ਅੱਗੇ ਕੋਈ ਆਉਂਦਾ ਸੀ ਉਹਨੂੰ ਹੈਲਪ ਦੀ ਲੋੜ ਪੈਂਦੀ ਸੀ ਤੁਸੀਂ ਮਦਦ ਕੀਤੀ ਹੋਵੇ ਪੈਸੇ ਦੀਆਂ ਦਵਾਈਆਂ ਦੀ ਕਿਉਂਕਿ ਲੋਕਡਾਊਨ ਦੇ ਵਿੱਚ ਤਾਂ ਆਲਮੋਸਟ ਸਾਰਿਆਂ ਦੇ ਕੰਮਕਾਜ ਬੰਦ ਸੀ ਜਿੰਨੇ ਜੋਗੇ ਅਸੀਂ ਹੈਗੇ ਆ ਅਸੀਂ ਆਪਣੀ ਮਦਦ ਆਪਾਂ ਲੋਕਾਂ ਤੱਕ ਪਹੁੰਚਾਈ ਹੈ ਸਰ ਤੁਸੀਂ ਆਪ ਚੱਲ ਕੇ ਗਏ ਜਾਂ ਪਬਲਿਕ ਤੁਹਾਡੇ ਗੇਟ ਅੱਗੇ ਆਈ ਆ ਵੀ ਚੱਲ ਕੇ ਗਏ ਆ ਤਾਂ ਪਬਲਿਕ ਤਾਂ ਪਬਲਿਕ ਵੀ ਆਈ ਆ ਦੇਖੋ ਅਸੀਂ ਮੈਂ ਤਾਂ ਇਸ ਟਾਈਮ ਸਲਮ ਏਰੀਆ 'ਚ ਬਿਠਾ ਵਾਂ ਤਾਂ ਲੋਕ ਪਰੇਸ਼ਾਨ ਆ 3-3 ਮਹੀਨੇ ਤੋਂ ਕੰਮ ਮੰਨਦੇ ਆ ਹਜੇ ਕੰਮ ਖੁੱਲੇ ਨਹੀਂ ਹੈਗੇ ਉਹੋ ਜੇ ਸਰ ਮੈਂ ਸੁਣਿਆ ਡਿਪੂ ਹੋਲਡਰ ਤੁਹਾਡੇ ਪਬਲਿਕ ਨਾਲ ਬਹੁਤ ਧੱਕਾ ਕਰ ਰਿਹਾ ਨਾ ਡਿਪੂ ਹੋਲਡਰ ਤੁਹਾਨੂੰ ਦੇਖੋ ਇਹ ਮੁਸ਼ਕਲ ਨੂੰ ਹਰ ਡੇਲੀ ਇਹ ਚੀਜ਼ ਮੁਸ਼ਕਲ ਨੂੰ ਆਉਂਦੀ ਆ ਪਬਲਿਕ ਮੇਰੇ ਕੋਲ ਆਉਂਦੀ ਆ ਕਦੀ ਕੋਈ ਕਹਿੰਦਾ ਮੇਰੇ ਇੱਕ ਜਣੇ ਕਣਕ ਮਿਲੀ ਆ ਕਦੀ ਕਹਿੰਦਾ ਮੇਰਾ ਕਾਰਡ ਕੱਟਿਆ ਗਿਆ ਹਰ ਰੋਜ਼ ਮੁਸ਼ਕਲ ਹੀ ਹੈ ਮੇਰੇ ਵਾਸਤੇ ਸਰ ਮੈਂ ਆਪਣੇ ਹੱਲ ਕੀ ਕੱਢਿਆ ਤੁਸੀਂ ਦੇਖੋ ਮੈਂ ਇਨਸਪੈਕਟਰ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਜਦੋਂ ਜਿਹੜੇ ਕਾਰਡ ਬੰਦ ਹੋਏ ਆ ਅਗਲੇ ਵੀਕ ਅਗਲੇ ਅਸੀਂ ਅਗਲੇ ਚਲਾ ਦਵਾਂ ਕਾਰਡ ਸਰ ਕੋਈ ਨਵਾਂ ਕਾਰਡ ਬਣਿਆ ਤੁਹਾਡੇ ਇੱਧਰ ਪਿੰਡ ਵਿੱਚ ਕਾਰਡ ਕਾਹੀ ਬਣਿਆ ਪਰ ਹਜੇ ਤੱਕ ਸਾਨੂੰ ਡਿਟੇਲ ਨਹੀਂ ਮਿਲੀ ਉਹਦੀ ਸਰ ਮਤਲਬ ਬਣੇ ਆ ਪਰ ਤੁਹਾਡੇ ਤੱਕ ਡਿਟੇਲ ਨਹੀਂ ਆਈ ਇਹਦਾ ਕੀ ਮਤਲਬ ਮੈਂ ਡਿਟੇਲ ਇਨਸਪੈਕਟਰ ਸਾਹਿਬ ਪੁੱਛੀ ਵੀ ਆ ਪਰ ਉਹਨਾਂ ਡਿਟੇਲ ਨਹੀਂ ਮਿਲਤੀ ਸਰ ਅੱਜ ਦਿਨ ਤੁਸੀਂ ਗਵਰਨਮੈਂਟ ਤੇ ਪਬਲਿਕ ਨੂੰ ਕੀ ਮੈਸੇਜ ਦੋਗੇ ਦੇਖੋ ਇਹ ਕਿੰਨੇ ਆ ਵੀ ਜਿੰਨਾ ਲੋਕਡਾਊਨ ਹੋ ਗਿਆ ਹੈਗਾ ਵਾ ਵੀ ਪਬਲਿਕ ਦੀ ਵੱਧ ਤੋਂ ਸੇਟ ਤੱਕ ਜਾਵੇ ਕਿਉਂਕਿ ਲੋਕ ਘਰ 3-3-4 ਮਹੀਨੇ ਕੋਲ ਘਰ ਬੈਠੇ ਗਏ ਆ ਤਾਂ ਲੋਕਾਂ ਦਾ ਰਾਸ਼ਨ ਚਾ ਜਾਵੇ ਸਰ ਉੱਪਰੋਂ ਤਾਂ ਰਾਸ਼ਨ ਆ ਰਿਹਾ ਪਬਲਿਕ ਤੱਕ ਨਹੀਂ ਜਾ ਰਿਹਾ ਇਹਦੇ ਬਾਰੇ ਕੀ ਕਹਿਣਾ ਤੁਸੀਂ ਦੇਖੋ ਤੁਸੀਂ ਸਰਕਾਰਾਂ ਪੁੱਛੋ ਸਾਡੀ ਸਰਕਾਰ ਸਾਨੂੰ ਕੁਛ ਨਹੀਂ ਕੋਈ ਗਿਆ ਉੱਥੇ ਤਾਂ ਅੱਜ ਦਿਨ ਪਬਲਿਕ ਨੂੰ ਕਹਿਣਾ ਚਾਹੋਗੇ ਅਸੀਂ ਪਬਲਿਕ ਨੂੰ ਇਹ ਜਣਾ ਵੀ ਆਪਣੇ ਸਰ ਅੱਜ ਦਿਨ ਤੁਸੀਂ ਪਬਲਿਕ ਨੂੰ ਕੀ ਮੈਸੇਜ ਦੋਗੇ ਅਸੀਂ ਪਬਲਿਕ ਨੂੰ ਇਹ ਮੈਸੇਜ ਆ ਜਾਂਦਾ ਵੀ ਮਾਸਕ ਪਾ ਕੇ ਰੱਖਣਾ ਬਿਨਾਂ ਕੰਮ ਤੋਂ ਬਾਹਰ ਨਾ ਜਾਣਾ ਤੇ ਸੈਨੀਟਾਈਜ਼ਰ ਆਪਣੇ ਕੋਲ ਰੱਖਣਾ ਤੇ ਘਰ ਆ ਜਾਣਾ